ਤੁਸੀਂ ਵੇਖ ਰਹੇ ਹੋ ਫੈਕਟ ਨਿਊਜ਼ ਤੇ ਉਹਨਾਂ ਕਾਰਡ ਧਾਰਕਾਂ ਦੇ ਲਈ ਇੱਕ ਵੱਡੀ ਅਪਡੇਟ ਸਾਹਮਣੇ ਆਈ ਹੈ ਜੋ ਕਿ ਨੀਲੇ ਕਾਰਡਾਂ ਤੇ 2 ਰੁਪਏ ਕਿਲੋ ਕਣਕ ਖਰੀਦਦੇ ਸਨ ਜੀ ਹਾਂ ਹੁਣ 2 ਰੁਪਏ ਕਿਲੋ ਦੀ ਜਗ੍ਹਾ ਤੇ ਮੁਫਤ ਕਣਕ ਉਹਨਾਂ ਕਾਰਡ ਧਾਰਕਾਂ ਨੂੰ ਮਿਲੇਗੀ ਜੋ ਨੀਲੇ ਕਾਰਡ ਹੋਲਡਰ ਨੇ ਜੀ ਇਸ ਸਮੇਂ ਦੀ ਵੱਡੀ ਅਪਡੇਟ ਹੈ ਕਿ ਜੋ ਨੀਲੇ ਕਾਰਡ ਹੋਲਡਰ ਨੇ ਉਹਨਾਂ ਨੂੰ 2 ਰੁਪਏ ਕਿਲੋ ਦੀ ਬਜਾਏ ਹੁਣ ਮੁਫਤ ਕਣਕ ਮਿਲੇਗੀ ਪੰਜਾਬ ਸਰਕਾਰ ਦੇ ਵੱਲੋਂ ਇਹ ਵੱਡਾ ਫੈਸਲਾ ਲਿਆ ਗਿਆ ਇੱਕ ਵੱਡੀ ਸਕੀਮ ਕੱਢੀ ਗਈ ਹੈ ਪੰਜਾਬ ਸਰਕਾਰ ਵੱਲੋਂ ਬਣਾਏ ਗਏ ਨੀਲੇ ਕਾਰਡਾਂ ਤੇ ਹੁਣ 2 ਰੁਪਏ ਪ੍ਰਤੀ ਕਿਲੋ ਦੀ ਬਜਾਏ ਕਣਕ ਦੀ ਵੰਡ ਮੁਫਤ ਕੀਤੀ ਜਾਵੇਗੀ ਇਸ ਲਈ ਕੇਂਦਰ ਸਰਕਾਰ ਦੀ ਪ੍ਰਧਾਨ ਮੰਤਰੀ ਗਰੀਬ ਕਲਿਆਣ ਯੋਜਨਾ ਦੇ ਤਹਿਤ ਕੋਟਾ ਰਿਲੀਜ਼ ਵੀ ਕੀਤਾ ਗਿਆ ਇਸ ਨੂੰ ਲੈ ਕੇ ਖਾਦ ਅਤੇ ਸਪਲਾਈ ਵਿਭਾਗ ਦੇ ਨਿਰਦੇਸ਼ਾਂ ਤੋਂ ਬਾਅਦ ਡਿਪੂ ਹੋਲਡਰਾਂ ਨੇ ਲਾਭਕਾਰੀਆਂ ਦੀਆਂ ਪਰਚੀਆਂ ਕੱਟਣੀਆਂ ਵੀ ਸ਼ੁਰੂ ਕਰ ਦਿੱਤੀਆਂ ਹਨ ਇਸੇ ਮਹੀਨੇ ਕਣਕ ਦੀ ਵੰਡ ਕੀਤੀ ਜਾ ਸਕਦੀ ਹੈ ਨੀਲੇ ਕਾਰਡਾਂ ਤੇ ਕਣਕ ਦਾ ਕੋਟਾ ਇਸ ਵਾਰ 3 ਮਹੀਨੇ ਦਾ ਇੱਕੋ ਵਾਰੀ ਦਿੱਤਾ ਜਾਵੇਗਾ ਇਸ ਦੇ ਤਹਿਤ 5 ਕਿਲੋ ਪ੍ਰਤੀ ਮੈਂਬਰ ਦੇ ਹਿਸਾਬ ਨਾਲ ਕਣਕ ਦਾ ਕੋਟਾ ਜਾਰੀ ਕੀਤਾ ਜਾਵੇਗਾ ਯਾਨੀ ਪ੍ਰਤੀ ਮੈਂਬਰ 15 ਕਿਲੋ ਕਣਕ ਦੀ ਵੰਡ ਹੋਵੇਗੀ ਇਸ ਬਾਰੇ ਵਿੱਚ ਖਾਦ ਅਤੇ ਸਪਲਾਈ ਵਿਭਾਗ ਦੇ ਜ਼ਿਲ੍ਹਾ ਅਧਿਕਾਰੀ ਨਰਿੰਦਰ ਸਿੰਘ ਨੇ ਦੱਸਿਆ ਹੈ ਕਿ ਇਸ ਵਾਰ ਕਣਕ ਦੀ ਵੰਡ ਬਿਨਾਂ ਕਿਸੇ ਪੈਸਿਆਂ ਦੀ ਕੀਤੀ ਜਾਵੇਗੀ ਵੰਡ ਦਾ ਕੰਮ ਆਨਲਾਈਨ ਹੋਣ ਦੇ ਚੱਲਦਿਆਂ ਪੂਰੀ ਪਾਰਦਰਸ਼ਿਤਾ ਦੇ ਨਾਲ ਲਾਭਕਾਰੀਆਂ ਤੱਕ ਕਣਕ ਦੀ ਸਪਲਾਈ ਦਿੱਤੀ ਜਾਵੇਗੀ ਕਣਕ ਵੰਡ ਦੌਰਾਨ ਲੋਕਾਂ ਨੂੰ ਸਮੱਸਿਆ ਪੇਸ਼ ਨਾ ਆਵੇ ਇਸ ਦੇ ਲਈ ਹਰ ਕਣਕ ਵੰਡ ਸਟੈਂਪ ਤੇ ਭਾਰ ਕਰਨ ਦੀ ਵਿਵਸਥਾ ਵੀ ਕੀਤੀ ਜਾਵੇਗੀ ਤਾਂ ਇੱਕ ਵੱਡੀ ਅਪਡੇਟ ਹੈ ਕਿ ਪੰਜਾਬ ਸਰਕਾਰ ਵੱਲੋਂ ਬਣਾਏ ਗਏ ਨੀਲੇ ਕਾਰਡਾਂ ਤੇ ਹੁਣ 2 ਰੁਪਏ ਪ੍ਰਤੀ ਕਿਲੋ ਦੀ ਬਜਾਏ ਕਣਕ ਦੀ ਵੰਡ ਮੁਫਤ ਕੀਤੀ ਜਾਵੇਗੀ ਇਸ ਲਈ ਕੇਂਦਰ ਸਰਕਾਰ ਦੀ ਪ੍ਰਧਾਨ ਮੰਤਰੀ ਗਰੀਬ ਕਲਿਆਣ ਯੋਜਨਾ ਦੇ ਤਹਿਤ ਕੋਟਾ ਰਿਲੀਜ਼ ਵੀ ਕਰ ਦਿੱਤਾ ਗਿਆ ਇਸ ਨੂੰ ਲੈ ਕੇ ਖਾਦ ਅਤੇ ਸਪਲਾਈ ਵਿਭਾਗ ਦੇ ਨਿਰਦੇਸ਼ਾਂ ਤੋਂ ਬਾਅਦ ਡਿਪੂ ਹੋਲਡਰਾਂ ਨੇ ਲਾਭਕਾਰੀ ਦੀਆਂ ਪਰਚੀਆਂ ਵੀ ਕੱਟਣੀਆਂ ਸ਼ੁਰੂ ਕਰ ਦਿੱਤੀਆਂ ਨੇ ਤੁਸੀਂ ਵੇਖ ਰਹੇ ਹੋ ਫੈਕਟ ਨਿਊਜ਼ ਤੇ ਉਹਨਾਂ ਕਾਰਡ ਧਾਰਕਾਂ ਦੇ ਲਈ ਇੱਕ ਵੱਡੀ ਅਪਡੇਟ ਸਾਹਮਣੇ ਆਈ ਹੈ ਜੋ ਕਿ ਨੀਲੇ ਕਾਰਡਾਂ ਤੇ 2 ਰੁਪਏ ਕਿਲੋ ਕਣਕ ਖਰੀਦਦੇ ਸਨ ਜੀ ਹਾਂ ਹੁਣ 2 ਰੁਪਏ ਕਿਲੋ ਦੀ ਜਗ੍ਹਾ ਤੇ ਮੁਫਤ ਕਣਕ ਉਹਨਾਂ ਕਾਰਡ ਧਾਰਕਾਂ ਨੂੰ ਮਿਲੇਗੀ ਜੋ ਨੀਲੇ ਕਾਰਡ ਹੋਲਡਰ ਨੇ ਜੀ ਇਸ ਸਮੇਂ ਦੀ ਵੱਡੀ ਅਪਡੇਟ ਹੈ ਕਿ ਜੋ ਨੀਲੇ ਕਾਰਡ ਹੋਲਡਰ ਨੇ ਉਹਨਾਂ ਨੂੰ 2 ਰੁਪਏ ਕਿਲੋ ਦੀ ਬਜਾਏ ਹੁਣ ਮੁਫਤ ਕਣਕ ਮਿਲੇਗੀ ਪੰਜਾਬ ਸਰਕਾਰ ਦੇ ਵੱਲੋਂ ਇਹ ਵੱਡਾ ਫੈਸਲਾ ਲਿਆ ਗਿਆ ਇੱਕ ਵੱਡੀ ਸਕੀਮ ਕੱਢੀ ਗਈ ਹੈ ਪੰਜਾਬ ਸਰਕਾਰ ਵੱਲੋਂ ਬਣਾਏ ਗਏ ਨੀਲੇ ਕਾਰਡਾਂ ਤੇ ਹੁਣ 2 ਰੁਪਏ ਪ੍ਰਤੀ ਕਿਲੋ ਦੀ ਬਜਾਏ ਕਣਕ ਦੀ ਵੰਡ ਮੁਫਤ ਕੀਤੀ ਜਾਵੇਗੀ ਇਸ ਲਈ ਕੇਂਦਰ ਸਰਕਾਰ ਦੀ ਪ੍ਰਧਾਨ ਮੰਤਰੀ ਗਰੀਬ ਕਲਿਆਣ ਯੋਜਨਾ ਦੇ ਤਹਿਤ ਕੋਟਾ ਰਿਲੀਜ਼ ਵੀ ਕੀਤਾ ਗਿਆ ਇਸ ਨੂੰ ਲੈ ਕੇ ਖਾਦ ਅਤੇ ਸਪਲਾਈ ਵਿਭਾਗ ਦੇ ਨਿਰਦੇਸ਼ਾਂ ਤੋਂ ਬਾਅਦ ਡਿਪੂ ਹੋਲਡਰਾਂ ਨੇ ਲਾਭਕਾਰੀਆਂ ਦੀਆਂ ਪਰਚੀਆਂ ਕੱਟਣੀਆਂ ਵੀ ਸ਼ੁਰੂ ਕਰ ਦਿੱਤੀਆਂ ਹਨ ਇਸੇ ਮਹੀਨੇ ਕਣਕ ਦੀ ਵੰਡ ਕੀਤੀ ਜਾ ਸਕਦੀ ਹੈ ਨੀਲੇ ਕਾਰਡਾਂ ਤੇ ਕਣਕ ਦਾ ਕੋਟਾ ਇਸ ਵਾਰ 3 ਮਹੀਨੇ ਦਾ ਇੱਕੋ ਵਾਰੀ ਦਿੱਤਾ ਜਾਵੇਗਾ ਇਸ ਦੇ ਤਹਿਤ 5 ਕਿਲੋ ਪ੍ਰਤੀ ਮੈਂਬਰ ਦੇ ਹਿਸਾਬ ਨਾਲ ਕਣਕ ਦਾ ਕੋਟਾ ਜਾਰੀ ਕੀਤਾ ਜਾਵੇਗਾ ਯਾਨੀ ਪ੍ਰਤੀ ਮੈਂਬਰ 15 ਕਿਲੋ ਕਣਕ ਦੀ ਵੰਡ ਹੋਵੇਗੀ ਇਸ ਬਾਰੇ ਵਿੱਚ ਖਾਦ ਅਤੇ ਸਪਲਾਈ ਵਿਭਾਗ ਦੇ ਜ਼ਿਲ੍ਹਾ ਅਧਿਕਾਰੀ ਨਰਿੰਦਰ ਸਿੰਘ ਨੇ ਦੱਸਿਆ ਹੈ ਕਿ ਇਸ ਵਾਰ ਕਣਕ ਦੀ ਵੰਡ ਬਿਨਾਂ ਕਿਸੇ ਪੈਸਿਆਂ ਦੀ ਕੀਤੀ ਜਾਵੇਗੀ ਵੰਡ ਦਾ ਕੰਮ ਆਨਲਾਈਨ ਹੋਣ ਦੇ ਚੱਲਦਿਆਂ ਪੂਰੀ ਪਾਰਦਰਸ਼ਿਤਾ ਦੇ ਨਾਲ ਲਾਭਕਾਰੀਆਂ ਤੱਕ ਕਣਕ ਦੀ ਸਪਲਾਈ ਦਿੱਤੀ ਜਾਵੇਗੀ ਕਣਕ ਵੰਡ ਦੌਰਾਨ ਲੋਕਾਂ ਨੂੰ ਸਮੱਸਿਆ ਪੇਸ਼ ਨਾ ਆਵੇ ਇਸ ਦੇ ਲਈ ਹਰ ਕਣਕ ਵੰਡ ਸਟੈਂਪ ਤੇ ਭਾਰ ਕਰਨ ਦੀ ਵਿਵਸਥਾ ਵੀ ਕੀਤੀ ਜਾਵੇਗੀ ਤਾਂ ਇੱਕ ਵੱਡੀ ਅਪਡੇਟ ਹੈ ਕਿ ਪੰਜਾਬ ਸਰਕਾਰ ਵੱਲੋਂ ਬਣਾਏ ਗਏ ਨੀਲੇ ਕਾਰਡਾਂ ਤੇ ਹੁਣ 2 ਰੁਪਏ ਪ੍ਰਤੀ ਕਿਲੋ ਦੀ ਬਜਾਏ ਕਣਕ ਦੀ ਵੰਡ ਮੁਫਤ ਕੀਤੀ ਜਾਵੇਗੀ ਇਸ ਲਈ ਕੇਂਦਰ ਸਰਕਾਰ ਦੀ ਪ੍ਰਧਾਨ ਮੰਤਰੀ ਗਰੀਬ ਕਲਿਆਣ ਯੋਜਨਾ ਦੇ ਤਹਿਤ ਕੋਟਾ ਰਿਲੀਜ਼ ਵੀ ਕਰ ਦਿੱਤਾ ਗਿਆ ਇਸ ਨੂੰ ਲੈ ਕੇ ਖਾਦ ਅਤੇ ਸਪਲਾਈ ਵਿਭਾਗ ਦੇ ਨਿਰਦੇਸ਼ਾਂ ਤੋਂ ਬਾਅਦ ਡਿਪੂ ਹੋਲਡਰਾਂ ਨੇ ਲਾਭਕਾਰੀ ਦੀਆਂ ਪਰਚੀਆਂ ਵੀ ਕੱਟਣੀਆਂ ਸ਼ੁਰੂ ਕਰ ਦਿੱਤੀਆਂ ਨੇ